रिलेशनशिप दसदा जी बिटवीन सेविंग एंड इनकम ਕਹਿੰਦੇ ਵੀ ਆਪਣਾ ਸੇਵਿੰਗ ਫੰਕਸ਼ਨ ਆ ਔਰ ਰਿਲੇਸ਼ਨ ਸਿਪ ਦਾਦਾ ਜੀ ਬਿਟਵੀਨ ਸੇਵਿੰਗ ਐਂਡ ਇਨਕਮ ਠੀਕ ਹੈ ਇਹਨੂੰ ਆਪਾਂ ਸੇਵਿੰਗ ਫੰਕਸ਼ਨ ਕਹਿੰਦੇ ਆ ਤਾਂ ਕਹਿੰਦੇ ਜੀ ਆਪਣੀ ਇਨਕਮ ਆ ਇਹਦੇ ਦੋ ਪਾਰਟ ਹੁੰਦੇ ਨੇ ਜੋ ਆਪਣੀ ਇਨਕਮ ਆ ਇਹਦੇ ਦੋ ਪਾਰਟ ਨੇ ਇੱਕ ਦਾ ਕੰਜਮਪਸ਼ਨ ਇੱਕ ਸੇਵਿੰਗ ਇਹਦੇ ਵੀ ਜ਼ਿਆਦਾ ਇਨਕਮ ਦੇ ਵਿੱਚ ਕੁਝ ਕੰਜੂਮ ਕਰਾਂਗੇ ਕੁਝ ਪਾਰਟ ਕੁਝ ਤੋਂ ਬਾਅਦ ਆਪਾਂ ਕੀ ਕਰਦੇ ਆ ਜੀ ਸੇਵ ਕਰਦੇ ਆ ਤਾਂ ਜਦੋਂ ਸੇਵਿੰਗ ਤੇ ਜਿਹੜਾ ਆਪਣਾ ਇਨਕਮ ਆ ਇਹਦੇ ਵਿੱਚ ਜੋ ਰਿਲੇਸ਼ਨ ਆ ਉਹ ਆਪਾਂ ਦੇਖਦੇ ਆ ਤਾਂ ਉਹ ਆਪਣਾ ਕੀ ਹੁੰਦਾ ਸੀ ਸੇਵਿੰਗ ਫੰਕਸ਼ਨ ਹੁੰਦਾ ਵਾ ਤਾਂ ਕਹਿੰਦੇ ਵੀ ਇਨਕਮ ਦੇ ਚੇਂਜ ਆਉਣ ਦੇ ਨਾਲ ਸੇਵਿੰਗ ਦੇ ਵਿੱਚ ਕੀ ਚੇਂਜ ਆਉਂਦਾ ਉਹ ਇਨਕਰੀਜ਼ ਹੁੰਦੀ ਆ ਜਾਂ ਡਿਕਰੀਜ਼ ਹੁੰਦੀ ਆ ਕਹਿੰਦੇ ਹੁਣ ਦੇਖੋ ਆਪਣੇ ਇਧਰ ਇਨਕਮ ਠੀਕ ਹੈ ਜੀ ਜਦੋਂ ਇਨਕਮ 0 ਆਪਣਾ ਫਿਰ ਵੀ ਮਿਨੀਮਮ ਲੈਵਲ ਆਫ ਕੰਜਮਪਸ਼ਨ ਹੁੰਦਾ ਜਿਹਨੂੰ ਆਪਾਂ ਆਟੋਨੋਮਸ ਕੰਜਮਪਸ਼ਨ ਕਹਿੰਦੇ ਆ ਤਾਂ ਕਹਿੰਦੇ ਵੀ ਜਦੋਂ ਇਨਕਮ 0 ਆ ਕੰਜਮਪਸ਼ਨ ਆਪਣੀ ਫਿਰ ਵੀ ਹੋ ਰਹੀ ਆ ਤਾਂ ਜਿਹੜੀ ਆਪਣੀ ਸੇਵਿੰਗ ਆ ਉਹ ਕੀ ਹੋਊਗੀ ਜੀ ਨੈਗੇਟਿਵ ਹੋਊਗੀ ਤਾਂ ਉਸ ਤੋਂ ਬਾਅਦ ਆਪਣੀ 10 ਹੋਊਗੀ ਇਨਕਮ ਤੇ ਜਿਹੜੀ ਆਪਣੇ ਖਰਚੇ ਨੇ ਕੰਜਮਪਸ਼ਨ ਐਕਸਪੈਂਡੀਚਰ ਦੇ ਉਹ ਕਿੰਨੇ ਹੋ ਗਏ ਜੀ 30 ਤਾਂ ਆਪਣੀ ਸੇਵਿੰਗ ਕਿੰਨੀ ਹੋ ਗਈ ਮਾਈਨਸ 20 ਤਾਂ ਕਹਿੰਦੇ ਆਪਣੀ ਇਨਕਮ ਵੱਧ ਰਹੀ ਆ ਤਾਂ ਆਪਣੇ ਜਿਹੜੇ ਖਰਚੇ ਨੇ ਉਹ ਵੀ ਇਨਕਰੀਜ਼ ਹੋ ਰਹੇ ਨੇ ਬਟ ਜਿਹੜੇ ਰੇਟ ਤੇ ਇਨਕਮ ਇਨਕਰੀਜ਼ ਹੁੰਦੀ ਆ ਉਹ ਰੇਟ ਤੇ ਆਪਣੇ ਖਰਚੇ ਇਨਕਰੀਜ਼ ਨਹੀਂ ਹੁੰਦੇ ਜੋ ਆਪਣੇ ਕੰਜਮਪਸ਼ਨ ਐਕਸਪੈਂਡੀਚਰ ਨੇ ਤਾਂ ਕਹਿੰਦੇ ਇੱਕ ਲੈਵਲ ਤੋਂ ਬਾਅਦ ਆਪਾਂ ਕੀ ਕਰਨ ਲੱਗ ਜਾਂਦੇ ਆ ਕੁਝ ਪਾਰਟ ਸੇਵਿੰਗ ਕਰਨ ਲੱਗ ਜਾਂਦੇ ਤਾਂ ਇੱਥੇ ਦੇਖੋ ਵੀ ਜਿਹੜੇ ਆਪਣੇ ਮਤਲਬ ਇਨਕਮ ਉਹ 60 ਆ ਖਾਤੇ ਆਪਣੇ 55 ਨੇ ਤਾਂ ਇੱਥੇ ਆਪਣੀ ਜਿਹੜੀ 5 ਆ ਉਹ ਆਪਣੀ ਕੀ ਹੋ ਗਈ ਦੀ ਸੇਵਿੰਗ ਹੋ ਗਈ ਤਾਂ ਮਤਲਬ ਜੋ ਇਨਕਮ ਇਨਕਰੀਜ਼ ਹੋ ਤਾਂ ਆਪਣੀ ਸੇਵਿੰਗ ਕੀ ਆ ਇਨਕਰੀਜ਼ ਹੁੰਦੀ ਹੈ ਜੀ ਤਾਂ ਹੁਣ ਉਸ ਤੋਂ ਬਾਅਦ ਕਹਿੰਦੇ ਵੀ ਜਦੋਂ ਆਪਣੀ ਇਨਕਮ 0 ਆ ਆਪਣਾ ਕੀ ਆ ਜਿਹੜੀ ਸੇਵਿੰਗ ਆ ਉਹ ਕੀ ਆ ਮਾਈਨਸ 25 ਆ ਵੀ ਨੈਗੇਟਿਵ ਆ ਤੇ ਜਿਹੜੀ ਆਪਣੀ ਸੇਵਿੰਗ ਆ ਉਹ ਇਨਕਮ ਦੇ ਨਾਲ ਕਿਸ ਤਰ੍ਹਾਂ ਰਿਲੇਟਡ ਆ ਪੋਜ਼ਿਟਿਵ ਜੀ ਤਾਂ ਕਹਿੰਦੇ ਕਿਉਂਕਿ ਜੇ ਆਪਣੀ ਇਨਕਮ ਇਨਕਰੀਜ਼ ਹੋਊਗੀ ਤਾਂ ਆਪਣੀ ਜਿਹੜੀ ਸੇਵਿੰਗ ਆ ਉਹ ਵੀ ਇਨਕਰੀਜ਼ ਜੇ ਆਪਣੀ ਇਨਕਮ ਘਟਦੀ ਹੈ ਆਪਣੀ ਸੇਵਿੰਗ ਕੀ ਹੁੰਦੀ ਹੈ ਜੀ ਡਿਕਰੀਜ਼ ਹੁੰਦੀ ਹੈ ਸੋ ਇਹਨਾਂ ਦੇ ਵਿੱਚ ਕੀ ਆ ਪੋਜ਼ਿਟਿਵ ਰਿਲੇਸ਼ਨ ਆ ਸੇਵਿੰਗ ਤੇ ਇਨਕਮ ਦੇ ਵਿੱਚ ਉਸ ਤੋਂ ਬਾਅਦ ਜੋ ਆਪਣੀ ਇਹਦੇ ਸੇਵਿੰਗ ਆ ਉਹ ਲੋਅਰ ਰਹਿੰਦੀ ਆ ਇਨਕਮ ਦੇ ਨਾਲ ਉਹਦਾ ਕਾਰਨ ਕੀ ਆ ਕਹਿੰਦੇ ਜੋ ਆਪਣੀ ਸੇਵਿੰਗ ਆ ਉਹ ਕਿਹਦਾ ਪਾਰਟ ਹੁੰਦੀ ਹੈ ਜੀ ਇਨਕਮ ਦਾ ਪਾਰਟ ਹੁੰਦੀ ਹੈ ਸੋ ਜਿਹਨੀ ਇਨਕਮ ਆ ਉਹਦੇ ਵਿੱਚ ਕੁਝ ਆਪਾਂ ਕੀ ਕਰਦੇ ਆ ਜੀ ਕੰਜਮਪਸ਼ਨ ਐਕਸਪੈਂਡੀਚਰ ਵੀ ਕਰਦੇ ਆ ਤੇ ਜਿਹੜਾ ਕੁਝ ਪਾਰਟ ਬਚਦਾ ਉਹ ਆਪਣੀ ਕੀ ਹੁੰਦੀ ਆ ਸੇਵਿੰਗ ਹੁੰਦੀ ਆ ਤਾਂ ਇਸ ਤਰ੍ਹਾਂ ਨਾਲ ਆਪਾਂ ਗ੍ਰਾਫ ਦੇ ਉੱਪਰ ਸ਼ੋਅ ਕਰ ਦਿੰਦੇ ਆ ਆਪਣੀ ਇਨਕਮ 0 ਆ ਤਾਂ ਆਪਣੀ ਜਿਹੜੀ ਸੇਵਿੰਗ ਆ ਮਾਈਨਸ 25 ਆ ਤਾਂ ਇੱਥੇ ਆਪਣਾ ਜਦੋਂ ਇਨਕਮ 50 ਆ ਤਾਂ ਆਪਣੇ ਕੰਜਮਪਸ਼ਨ ਵੀ 50 ਆ ਤਾਂ ਇਸ ਕੇਸ ਦੇ ਵਿੱਚ ਆਪਣੀ ਜਿਹੜੀ ਸੇਵਿੰਗ ਆ ਉਹ 0 ਆ ਜਦੋਂ ਆਪਣੀ ਇਨਕਮ 60 ਹੋਗੀ ਤਾਂ ਜਿਹੜੀ ਆਪਣੀ ਖਾਤੇ ਨੇ ਉਸ ਟਾਈਮ 55 ਨੇ ਤਾਂ 5 ਆਪਣੀ ਕੀ ਹੋਣੀ ਦੇ ਤੇ ਸੇਵਿੰਗ ਹੋ ਤਾਂ ਇਨਕਮ ਜਦੋਂ ਇਨਕਰੀਜ਼ ਹੋਊਗੀ ਤਾਂ ਆਪਣੀ ਸੇਵਿੰਗ ਵੀ ਕੀ ਆ ਇਨਕਰੀਜ਼ ਹੋਣ ਲੱਗ ਜੂਗੀ ਤਾਂ ਇਹ ਆਪਣਾ ਮੇਨ ਇਹਦੇ ਅੰਦਰ ਜਿਹੜੇ ਪੁਆਇੰਟ ਆਉਂਦੇ ਨੇ ਤੇ ਉਸ ਤੋਂ ਬਾਅਦ ਇਹ ਆਪਣਾ ਸਲੋਪ ਆਫ ਐਸ ਲਾਈਨ ਜਾਂ ਸੇਵਿੰਗ ਫੰਕਸ਼ਨ ਵੀ ਆਪਾਂ ਕਹਿੰਦੇ ਆ ਕਿਹਦੇ ਵੀ ਜਿਹੜਾ ਆਪਣਾ ਸਲੋਪ ਆਫ ਐਸ ਲਾਈਨ ਹੈ ਆਪ ਨੂੰ ਦੱਸਦਾ ਵੀ ਜਿਹੜੀ ਆਪਣੀ ਸੇਵਿੰਗ ਆ ਉਹਦੇ ਵਿੱਚ ਕਿਹੜੇ ਰੇਟ ਦੇ ਚੇਂਜ ਆ ਰਿਹਾ ਵਾ ਕਿਹਦੇ ਵੀ ਇਨਕਮ ਦੇ ਵਿੱਚ ਚੇਂਜ ਆਉਣ ਦੇ ਨਾਲ ਆਪਣਾ ਜਿਹੜਾ ਮਤਲਬ ਸੇਵਿੰਗ ਆ ਉਹਦੇ ਵਿੱਚ ਕੀ ਚੇਂਜ ਆਇਆ ਉਹਦੇ ਬਾਰੇ ਦੱਸਦਾ ਮੈਜਰ ਕਰਦਾ ਇੱਕ ਰੇਸ਼ੋ ਹੈ ਜੇ ਬਿਟਵੀਨ ਚੇਂਜ ਇਨ ਆਪਣਾ ਸੇਵਿੰਗ ਐਂਡ ਚੇਂਜ ਇਨ ਇਨਕਮ ਤੇ ਜਿਹੜਾ ਆਪਣਾ ਸਲੋਪ ਆਫ ਐਸ ਲਾਈਨ ਆ ਇਹਨੂੰ ਆਪਾਂ ਹੋਰ ਕੀ ਕਹਿੰਦੇ ਜੀ MPSV ਕਹਿੰਦੇ ਆ ਠੀਕ ਹੈ ਜੀ MPS ਆਪਣਾ ਕੀ ਆ ਮਾਰਜਨਲ ਪ੍ਰੋਪੈਂਸਿਟੀ ਟੂ ਸੇਵ ਜੇ ਆਪਣਾ MPS ਆ ਉਹ MPS ਆਪਾਂ ਨੂੰ ਕਿਹਦੇ ਬਾਰੇ ਦੱਸਦਾ ਜੀ ਚੇਂਜ ਇਨ ਸੇਵਿੰਗ ਅਪਾਉਨ ਚੇਂਜ ਇਨ ਇਨਕਮ ਤਾਂ ਇਹ ਆਪਣਾ ਦੇਖੋ ਸਲੋਪ ਆ ਇਸ ਲਾਈਨ ਆ ਕਹਿੰਦੇ ਰੈਫਰਸ ਟੂ ਦਾ ਰੇਟ ਐਟ ਵਿਚ ਐਸ ਇਨਕਰੀਜ਼ ਇਨ ਰਿਸਪੌਂਸ ਟੂ ਗਿਵਨ ਇਨਕਰੀਜ਼ ਇਨ ਇਨਕਮ ਇਨਕਮ ਦੇ ਵਿੱਚ ਚੇਂਜ ਆਉਣ ਦੇ ਨਾਲ ਇਨਕਰੀਜ਼ ਹੋਣ ਦੇ ਨਾਲ ਆਪਣਾ ਸੇਵਿੰਗ ਦੇ ਵਿੱਚ ਕੀ ਚੇਂਜ ਆਇਆ ਤਾਂ MPS ਕਿਵੇਂ ਕੈਲਕੂਲੇਟ ਕਰਾਂਗੇ ਦੇਖੋ ਜੀ ਜਿਹੜੇ ਆਪਣੀ ਸੇਵਿੰਗ ਦਾ ਕਿੰਨਾ ਚੇਂਜ ਆਇਆ ਇੱਥੇ ਆਪਣਾ 5 ਦਾ ਤੇ ਜਿਹੜੀ ਆਪਣੀ ਇਨਕਮ ਉਹਦੇ ਵਿੱਚ ਕਿੰਨਾ ਆਇਆ ਚੇਂਜ ਆਪਣਾ 10 ਤਾਂ 0.5 ਆਪਣੀ ਕੀ ਹੋ ਗਈ ਜਾਂ ਇਹਨੂੰ ਆਪਾਂ ਕੀ ਕਹਾਂਗੇ ਵੀ ਜਿਹੜਾ 50% ਉਹ ਆਪਣੀ ਕੀ ਹੋ ਰਹੀ ਹੈ ਜੀ ਸੇਵਿੰਗ ਹੋ ਰਹੀ ਹੈ ਠੀਕ ਹੈ ਜੀ ਤਾਂ ਹੁਣ ਉਸ ਤੋਂ ਬਾਅਦ ਜਿਹੜਾ ਆਪਣਾ ਇਹਦੇ ਵਿੱਚ ਅੱਗੇ ਦੋ ਕਨਸੈਪਟ ਨੇ ਜਿਹੜੇ ਇਹ ਤੋਂ ਬਾਅਦ ਹੀ ਆਪਣੇ ਇੱਕ ਹੁੰਦਾ ਵਾ APS ਇੱਕ ਆਪਣਾ ਹੁੰਦਾ ਜੀ MPS MPS ਤਾਂ ਆਪਣੇ ਕਰੀਂਦੇ ਆ ਤੇ ਅੱਗੇ ਆਪਣਾ ਜਿਹੜਾ ABC ਆ ਇਹਦੀ ਫਾਰਮ ਹੁੰਦੀ ਹੈ ਜੀ ਐਵਰੇਜ
propensity to save. ਇਹਦੇ ਵਿੱਚ ਨਾ APS ਅਤੇ MPS ਦੋਨਾਂ ਦੇ ਵਿੱਚ ਗੱਲ ਸੇਵਿੰਗ ਅਤੇ ਇਨਕਮ ਦੀ ਹੁੰਦੀ ਆ, ਬਟ ਦੋਨਾਂ ਦੇ ਡਿਫਰੈਂਸ ਕੀ ਆ ਵੀ ਜਿਹੜਾ ਆਪਣਾ APS ਆ ਇਹ ਗੱਲ ਕਰਦਾ ਜੀ ਆਪਣਾ ਟੋਟਲ ਸੇਵਿੰਗ ਅਪਾਉਨ ਟੋਟਲ ਇਨਕਮ, ਜੋ ਆਪਣਾ MPS ਆ ਉਹਦਾ ਕਰਦਾ ਚੇਂਜ ਇਨ ਸੇਵਿੰਗ ਅਪਾਉਨ ਚੇਂਜ ਇਨ ਇਨਕਮ। ਤਾਂ ਹੁਣ ਇੱਥੇ ਜਿਹੜੀ ਆਪਣੀ ਸੇਵਿੰਗ ਆ ਟੋਟਲ ਅਮਾਉਂਟ ਇੱਥੇ 5 ਤੇ ਜਿਹੜੀ ਆਪਣੀ ਇਨਕਮ ਆ ਉਹ ਇੱਥੇ ਆਪਣੀ ਕਿੰਨੀ ਆ ਟੋਟਲ ਜੀ 60 ਡਿਵਾਈਡ ਕਰਕੇ ਕਿੰਨਾ ਆ ਗਿਆ ਜੀ 0.08 ਆ ਗਿਆ। ਇੱਥੇ ਆਪਾਂ ਨੇ ਟੋਟਲ ਸੇਵਿੰਗ ਟੋਟਲ ਇਨਕਮ ਦੀ ਗੱਲ ਕਰਦੇ ਆ, ਜੋ MPS ਹੈ ਇਹਦੇ ਵਿੱਚ ਗੱਲ ਕਰਦੇ ਆ ਚੇਂਜ ਇਨ ਸੇਵਿੰਗ ਅਪਾਉਨ ਚੇਂਜ ਇਨ ਇਨਕਮ, ਤੇ ਜਿਹੜਾ ਆਪਣਾ ਸਲੋਪ ਆਫ SY ਨਾ ਜੋ ਆਪਣਾ ਸੇਵਿੰਗ ਫੰਕਸ਼ਨ ਆ ਉਹ ਆਪਾਂ ਨੂੰ MPS ਬਾਰੇ ਦੱਸਦਾ, ਨੋਟ APS ਬਾਰੇ ਸੋਰੀ APS ਬਾਰੇ ਆਪਾਂ ਨੂੰ MPS ਬਾਰੇ ਐਕਸਪਲੇਨ ਕਰਦਾ ਜੋ ਆਪਣਾ ਸਲੋਪ ਆਫ SY ਨਾ, ਤੇ ਆਪਾਂ ਨੂੰ APS ਬਾਰੇ ਆਪਾਂ ਨੂੰ ਇਹ ਨਹੀਂ ਦੱਸਦਾ। ਉਸ ਤੋਂ ਬਾਅਦ ਇਹਦੇ ਵਿੱਚ ਇੱਕ ਇੰਪੋਰਟੈਂਟ ਪੁਆਇੰਟ ਹੈ ਜੀ, APS ਐਂਡ MPS ਦੇ ਵਿੱਚੋਂ ਕਿਹੜਾ ਨੈਗੇਟਿਵ ਹੋ ਸਕਦਾ, ਠੀਕ ਹੈ ਜੀ। APS ਤੇ MPS ਦੇ ਵਿੱਚੋਂ ਦੋਨਾਂ ਦੇ ਵਿੱਚੋਂ ਕਿਹੜਾ ਨੈਗੇਟਿਵ ਹੋ ਸਕਦਾ, ਜਿਹੜਾ ਆਪਣਾ APS ਆ ਇਹ ਨੈਗੇਟਿਵ ਹੋ ਸਕਦਾ ਜੀ, MPS ਆਪਣਾ ਜਿਹੜਾ ਨੈਗੇਟਿਵ ਨਹੀਂ ਹੁੰਦਾ। APS ਕਦੋਂ ਨੈਗੇਟਿਵ ਹੋਊਗਾ ਜੀ, ਜਦੋਂ ਆਪਣੀ ਸੇਵਿੰਗ ਨੈਗੇਟਿਵ, ਠੀਕ ਹੈ ਜੀ। ਕਹਿਣ ਦਾ ਮਤਲਬ ਵੀ ਜਦੋਂ ਆਪਣੀ ਇਨਕਮ ਘੱਟ ਆ, ਜਿਹੜੇ ਆਪਣੇ ਕੰਜ਼ੰਪਸ਼ਨ ਐਕਸਪੈਂਡੀਚਰ ਨੇ ਉਹ ਕਿੰਨੇ ਜ਼ਿਆਦਾ ਨੇ, ਜੋ ਖਰਚੇ ਜ਼ਿਆਦਾ ਹੋਣਗੇ ਇਨਕਮ ਘੱਟ ਹੋਊ ਤਾਂ ਆਪਣੀ ਜਿਹੜੀ ਸੇਵਿੰਗ ਉਹ ਨੈਗੇਟਿਵ ਦੇ ਵਿੱਚ ਹੋਊਗੀ। ਤੇ ਇੱਥੇ ਆਪਾਂ ਦੇਖ ਹੀ ਸਕਦੇ ਹਾਂ ਵੀ ਜਿਵੇਂ ਉਹ ਆਪਣੀ ਜਿਹੜੀ ਸੇਵਿੰਗ ਉਹ ਮੈਂਸ 20 ਹੈ ਤੇ ਇਨਕਮ ਆਪਣੀ ਕੀ ਹੈ ਜੀ 10, ਤਾਂ ਜਦੋਂ ਮੈਂਸ 20 ਨੂੰ ਆਪਾਂ 10 ਤੇ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆਊਗਾ, ਮੈਂਸ 2 ਆਊਗਾ। ਤੇ ਇੱਥੇ ਆਪਣਾ ਜਿਹੜਾ APS ਆ ਉਹ ਕੀ ਹੋ ਗਿਆ ਜੀ ਨੈਗੇਟਿਵ ਹੋ ਗਿਆ, ਬਟ MPS ਆਪਣਾ ਨੈਗੇਟਿਵ ਨਹੀਂ ਹੁੰਦਾ, APS ਨੈਗੇਟਿਵ ਹੁੰਦਾ ਵਾ। ਇਹਦਾ ਰੀਜ਼ਨ ਦੇਖੇਂਗੇ ਤੁਸੀਂ ਵੀ ਕਦੋਂ ਹੁੰਦਾ, ਜਦੋਂ ਆਪਣੀ ਸੇਵਿੰਗ ਨੈਗੇਟਿਵ ਹੁੰਦੀ ਹੈ ਕਹਿਣਾ ਮਤਲਬ ਇਨਕਮ ਘੱਟ ਆ ਆਪਣੇ ਖਰਚੇ ਜ਼ਿਆਦਾ ਤਾਂ ਸੇਵਿੰਗ ਨੈਗੇਟਿਵ ਹੀ ਹੋਊਗੀ, ਤਾਂ ਇਸ ਕੇਸ ਆਪਣਾ ਜਿਹੜਾ APS ਆ ਉਹ ਕੀ ਹੋ ਸਕਦਾ ਜੀ ਨੈਗੇਟਿਵ ਹੋ ਸਕਦਾ। ਇਸ ਤੋਂ ਬਾਅਦ ਆਪਣਾ ਆ ਗਿਆ ਜੀ ਅਲਜੈਬਰਿਕ ਪ੍ਰੈਜੈਂਟੇਸ਼ਨ ਆਫ ਐਸ ਫੰਕਸ਼ਨ। ਤਾਂ ਅਲਜੈਬਰਿਕ ਦੇ ਵਿੱਚ ਜੀ ਆਪਾਂ ਸੇਵਿੰਗ ਫੰਕਸ਼ਨ ਨੂੰ ਆਪਾਂ ਇਸ ਤਰੀਕੇ ਨਾਲ ਲਿਖਦੇ ਹਾਂ, ਐਸ ਦਾ ਮਤਲਬ ਜਿਹੜੀ ਆਪਣੀ ਇੱਥੇ ਟੋਟਲ ਸੇਵਿੰਗ ਆ ਗਈ ਅਕੋਰਡਿੰਗ ਟੂ ਜਿਹੜਾ ਆਪਣਾ ਇਨਕਮ ਦਾ ਲੈਵਲ ਆ, ਤੇ ਜਿਹੜਾ ਆਪਣਾ ਇੱਥੇ ਮੈਨਸ ਸੀ ਉੱਪਰ 12 ਉਹਦਾ ਮਤਲਬ ਹੋ ਗਿਆ ਜੀ ਆਪਣੀ ਇੱਥੇ ਜੋ ਇਨਕਮ 0 ਆ, ਮੈਨ ਇਨਕਮ ਆਪਣੀ 0 ਆ ਤੇ ਜਿਹੜੀ ਆਪਣੀ ਸੇਵਿੰਗ ਆ ਹੁੰਦੀ ਹੈ ਜੀ ਮੈਨਸ ਦੇ ਵਿੱਚ ਕਿੰਨੀ ਹੈ ਜੀ, ਇੱਥੇ ਆਪਣੀ ਦੇਖੋ ਜਦੋਂ ਇਨਕਮ 0 ਆ ਤਾਂ ਆਪਣੀ ਜਿਹੜੀ ਸੇਵਿੰਗ ਉਹ ਕਿੰਨੀ ਆ, ਮੈਨਸ 25। ਜਿਹੜਾ ਆਪਣਾ ਸੇਵਿੰਗ ਫੰਕਸ਼ਨ ਆ ਤੇ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਥਰੂ ਜਿਹੜਾ ਆਪਣਾ ਸੀ ਫੰਕਸ਼ਨ ਆ। ਹੁਣ ਸੀ ਫੰਕਸ਼ਨ ਨੂੰ ਆਪਾਂ ਕਿਵੇਂ ਲਿਖਦੇ ਹਾਂ ਜੀ ਇਸ ਤਰ੍ਹਾਂ, ਠੀਕ ਹੈ ਜੀ। ਸੀ ਯਾਹੋ ਦੇ ਮੈਥਸ ਦੇ ਜਿਹੜਾ ਆਪਣਾ ਸੀ ਆ ਇਹ ਬਾਰ ਮਤਲਬ ਇਹ ਕਿਹੜਾ ਹੁੰਦਾ ਆਟੋਨੋਮਸ ਕੰਜੰਪਸ਼ਨ, ਜਦੋਂ ਇਨਕਮ 0 ਹੁੰਦੀ ਆ ਉਸ ਟਾਈਮ ਜਿਹੜਾ ਆਪਣਾ ਖਰਚਾ ਕਰਦੇ ਆ, ਜਦੋਂ ਇਨਕਮ 0 ਆ ਕੁਝ ਪਰਸੈਂਟ ਖਰਚਾ ਕਰ ਰਹੇ ਹਾਂ ਤਾਂ ਆਪਣੀ ਜਿਹੜੀ ਸੇਵਿੰਗ ਆ ਉਹ ਮੈਥਸ ਦੇ ਵਿੱਚ ਹੋਊਗੀ। ਤਾਂ ਆਪਣਾ ਜੋ ਮੈਥਸ ਸੀ ਤੋਂ ਬਾਹਰ ਇਹਦਾ ਮਤਲਬ ਕੀ ਆ ਵੀ ਜਦੋਂ ਆਪਣੀ ਇਨਕਮ 0 ਹੁੰਦੀ ਆ ਉਸ ਟਾਈਮ ਜੋ ਆਪਣੀ ਸੇਵਿੰਗ ਜਿਹੜੀ ਹੁੰਦੀ ਆ ਜੋ ਨੈਗੇਟਿਵ ਦੇ ਵਿੱਚ ਹੁੰਦੀ ਆ ਉਹਦੇ ਬਾਰੇ ਦੱਸਦੀ ਆਪਾਂ ਨੂੰ ਇਹ ਚੀਜ਼। ਉਸ ਤੋਂ ਬਾਅਦ ਜੋ ਆਪਣਾ ਆ ਗਿਆ ਜੀ 1 - b, b ਆਪਣਾ ਕੀ ਸੀ MPC, ਜਿਹੜਾ ਪਹਿਲੇ ਵਿੱਚ ਕੈਲਕੂਲੇਟ ਕੀਤਾ ਸੀ ਸੀ ਫੰਕਸ਼ਨ ਦੇ ਵਿੱਚ MPC ਜੀ ਦਾ b ਦਾ ਮਤਲਬ। ਤਾਂ ਹੁਣ ਕਹਿੰਦੇ ਜਿਹੜਾ ਆਪਣਾ MPC ਹੈ ਕਿਵੇਂ ਕੈਲਕੂਲੇਟ ਹੁੰਦਾ ਵਾ, ਚੇਂਜ ਇਨ ਕੰਜ਼ੰਪਸ਼ਨ ਅਪਾਨ ਚੇਂਜ ਇਨ ਇਨਕਮ। ਤੇ ਇੱਥੇ ਕੈਲਕੂਲੇਟ ਕਰ ਸਕਦੇ ਆ ਵੀ ਆਪਣਾ ਖਰਚਿਆਂ ਦੇ ਵਿੱਚ ਕਿੰਨਾ ਚੇਂਜ ਆ ਰਿਹਾ ਵਾ, ਤਾਂ ਖਰਚਿਆਂ ਦੇ ਵਿੱਚ ਕਿੰਨਾ ਚੇਂਜ ਆ ਆਪਣੇ ਕੋਲੇ 5 ਦਾ, ਤੇ ਜਿਹੜਾ ਆਪਣਾ ਇਨਕਮ ਉਹਦੇ ਵਿੱਚ ਕਿੰਨਾ ਚੇਂਜ ਆਇਆ 10 ਦਾ, ਤਾਂ 0.5 ਆਪਣਾ ਕੀ ਹੋ ਗਿਆ ਜੀ MPC ਹੋ ਗਿਆ। ਤੇ ਜਿਹੜਾ ਹੁਣ ਆਪਣਾ MPC ਆ ਜਿਹੜਾ ਆਪਣਾ MPS ਆ ਇਹਨੂੰ ਆਪਾਂ ਕਿਹਦੇ ਬਰਾਬਰ ਕਹਿੰਦੇ ਜੀ 1 ਦੇ। ਹੁਣ ਜੇ ਆਪਣਾ MPC 0.5 ਆ ਤਾਂ ਆਪਾਂ MPS ਕੈਲਕੂਲੇਟ ਕਰ ਸਕਦੇ ਹਾਂ। ਤਾਂ ਜਿਹੜਾ ਆਪਣਾ MPS 1 - 0.5 ਤਾਂ ਆਪਣਾ ਕਿੰਨਾ ਆ ਜੂਗਾ ਜੀ ਇਹ 0.5 ਆ ਜੂਗਾ ਜੋ ਆਪਣਾ MPS ਆ। ਵੈਸੇ ਵੀ ਆਪਣੇ ਕੈਲਕੂਲੇਟ ਕੀਤਾ ਸੀ ਚੇਂਜ ਇਨ ਸੇਵਿੰਗ ਅਪਾਉਨ ਚੇਂਜ ਇਨ ਇਨਕਮ ਤੋਂ ਡਿਵਾਈਡ ਕਰਕੇ ਕਿੰਨਾ ਸੀ, ਤਾਂ ਜੇ ਆਪਣਾ 50% ਜੇ ਆਪਣਾ ਕੰਜ਼ੰਪਸ਼ਨ ਹੋ ਰਹੀ ਹੈ ਤਾਂ 50% ਆਪਣੀ ਕੀ ਹੋਊਗੀ ਸੇਵਿੰਗ ਹੋਊਗੀ, ਤਾਂ 1 - b, ਠੀਕ ਹੈ। ਤਾਂ 1 - b ਆਪਾਂ ਨੂੰ ਕਿਹਦੇ ਬਾਰੇ ਦੱਸਦਾ ਵਾ, MPS ਬਾਰੇ ਦੱਸਦਾ ਵਾ ਚੇਂਜ ਇਨ ਸੇਵਿੰਗ ਅਪਾਉਨ ਚੇਂਜ ਇਨ ਇਨਕਮ। ਤਾਂ ਜਦੋਂ ਆਪਾਂ 1 ਦੇ ਵਿੱਚੋਂ b ਦਾ ਜਿਹੜਾ MPC ਮੈਸ ਕਰਦਾ ਤਾਂ ਆਪਣੇ ਕੋਲ ਕੀ ਆਊਗਾ MPS ਆਊਗਾ, ਤੇ ਜਿਹੜਾ ਆਪਣਾ 22 ਆ ਇਹਦਾ ਮਤਲਬ ਕੀ ਹੁੰਦਾ ਜੀ ਇਨਕਮ। ਤਾਂ ਇਹਦੇ ਥਰੂ ਆਪਾਂ ਜੋ ਆਪਣੀ ਇਕੁਏਸ਼ਨ ਦੇ ਥਰੂ ਆਪਾਂ ਦੇਖ ਸਕਦੇ ਹਾਂ ਕਿ ਆਪਣੀ ਟੋਟਲ ਸੇਵਿੰਗ ਕਿੰਨੀ ਆ ਅਕੋਰਡਿੰਗ ਟੂ ਜਿਹੜਾ ਆਪਣਾ ਇਨਕਮ ਦਾ ਲੈਵਲ ਆ। ਜੇ ਆਪਾਂ ਦੇਖੀਏ ਕਿ ਜਦੋਂ ਆਪਣੀ ਇਨਕਮ 60 ਆ ਤਾਂ ਆਪਣੀ ਕਿੰਨੀ ਸੇਵਿੰਗ ਹੋ ਰਹੀ ਆ, ਠੀਕ ਹੈ। ਤਾਂ ਹੁਣ ਆਪਾਂ ਦੇਖ ਲੈਂਦੇ ਹਾਂ ਸੇਵਿੰਗ ਫੰਕਸ਼ਨ ਆ ਜਿਹੜਾ ਆਪਣਾ
ਤਾਂ ਜਿਹੜਾ ਆਪਣਾ ਇੱਥੇ ਮੈਥ ਸੀ ਆਪਣੇ ਕੋਲੇ ਕਿੰਨਾ ਨੂੰ 25 ਜੋ ਆਪਣੀ ਇਨਕਮ 0 ਦੇ ਕੇਸ ਚ ਤਾਂ ਆ ਗਿਆ ਜੀ 92 ਮੈਂਸ ਜੀ ਤਾਂ ਵੀ ਆਪਣਾ ਕਿੰਨਾ ਸੀ ਇੱਥੇ ਜੋ ਐਮ ਪੀ ਸੀ ਜਿਹੜਾ ਆਪਣੇ ਕੈਲਕੂਲੇਟ ਕੀਤਾ ਸੀ 0.5 ਤਾਂ ਬਾਅਦ ਦੇ ਵਿੱਚ 0.5 ਮੈਂਸ ਕਰਾਂਗੇ ਤਾਂ 0.5 ਵੈਲਿਊ ਹੈ ਜੀ ਆਪਣੇ ਕੋਲੇ ਇਨਕਮ ਆਪਣੀ ਕਿੰਨੀ ਆ ਇੱਥੇ ਆਪਣੇ ਕੋਲੇ 60 ਠੀਕ ਹੈ ਜੀ ਤਾਂ ਆਪਣਾ ਆ ਗਿਆ ਮੈਂਸ 25 ਪਲੱਸ ਆਪਣੇ ਕੋਲੇ ਆ ਗਿਆ 30 ਠੀਕ ਹੈ ਜੀ ਤਾਂ ਮੈਂਸ 25 ਆ ਇੱਥੇ ਆਪਣਾ 30 ਆ ਤਾਂ ਹੁਣ ਆ ਵੈਲਿਊ ਵੱਡੀ ਆ ਮੈਂਸ ਵਾਲੀ ਵੈਲਿਊ ਸਮਾਲ ਕਰਾਂ ਇਹਦੇ ਨਾਲ ਤਾਂ 30 ਦੇ ਵਿੱਚ ਜੇ ਆਪਾਂ 25 ਕੀ ਕਰਾਂਗੇ ਮੈਂਸ ਕਰਾਂਗੇ ਤਾਂ ਆਪਣੀ 5 ਕੀ ਆ ਜਾਣੀ ਆ ਜੀ ਸੇਵਿੰਗ ਆ ਜਾਣੀ ਆ ਤਾਂ ਇਹਦੇ ਥਰੂ ਆਪਾਂ ਕੈਲਕੂਲੇਸ਼ਨ ਕਰ ਸਕਦੇ ਹਾਂ ਵੀ ਆਪਣਾ ਜੋ ਡਿਫਰੈਂਟ ਲੈਵਲ ਆਫ ਇਨਕਮ ਉਹਦੇ ਅਕੋਰਡਿੰਗ ਆਪਣੀ ਕਿੰਨੀ ਸੇਵਿੰਗ ਹੁੰਦੀ ਆ ਤਾਂ ਆਪਾਂ ਦੇਖਿਆ ਸੀ ਜਦੋਂ ਇਨਕਮ 60 ਆ ਤਾਂ ਆਪਣੀ ਕਿੰਨੀ ਸੇਵਿੰਗ ਆ ਤਾਂ ਉਹਦੇ 5 ਵੇ ਆਪਣੇ ਕੈਲਕੂਲੇਟ ਕਰੀ ਆ ਆ ਆਪਾਂ ਜੋ ਜੈਬਰਿਕ ਦੇ ਵਿੱਚ ਇਹਨੂੰ ਲਿਖਿਆ ਐਸ ਫੰਕਸ਼ਨ ਨੂੰ ਤਾਂ ਫਾਰਮੂਲਾ ਜਿਹੜਾ ਜੈਬਰਾ ਦੇ ਵਿੱਚ ਲਿਖੀ ਹੈ ਇਕੁਏਸ਼ਨ ਉਹ ਲਿਖ ਲਈ ਆਪਾਂ ਨੇ ਇੱਥੇ ਲਿਖ ਰਿਹਾ ਜਦੋਂ ਆਪਣੀ ਇਨਕਮ 0 ਆ ਉਹ ਮੈਂਸ ਦੇ ਵਿੱਚ ਜਿੰਨੀ ਸੇਵਿੰਗ ਸੀ 92 ਸੀ ਵੀ ਆਪਣਾ ਕੀ ਸੀ ਐਮਪੀ ਸੀ ਇੱਕ ਦੇ ਵਿੱਚੋਂ ਐਮਪੀ ਸੀ ਮੈਂਸ ਕਰਦਾ ਤਾਂ ਆਪਣੇ ਕੋਲ ਕੀ ਆ ਜੂਗਾ ਐਮਪੀਐਸ ਆ ਜੂਗਾ ਤਾਂ 0.5 ਸੀ ਆਪਣਾ ਐਮਪੀ ਸੀ ਇੱਕ ਦੇ ਵਿੱਚੋਂ 0.5 ਪਲੱਸ ਕੀਤਾ ਤਾਂ 0.5 ਐਮਪੀਐਸ ਆ ਗਿਆ ਵਾਈ ਆਪਣੀ ਕਿੰਨੀ ਸੀ 60 ਤਾਂ ਹੁਣ 0.5 ਨੂੰ 60 ਨਾਲ ਮਲਟੀਪਲਾਈ ਕਰਾਂਗੇ ਕਿੰਨਾ ਆਊਗਾ ਆਪਣੇ ਕੋਲੇ 30 ਤਾਂ ਮੈਂਸ 25 ਸੀ 30 ਦੇ ਵਿੱਚੋਂ ਮੈਂਸ 25 ਕਰਤਾ ਆਪਣੇ ਕੋਲ ਕਿੰਨਾ ਆ ਗਿਆ 5 ਤਾਂ 5 ਆਪਣੀ ਕੀ ਆ ਗਈ ਜੀ ਸੇਵਿੰਗ ਆ ਗਈ ਤਾਂ ਇਸ ਤਰੀਕੇ ਨਾਲ ਆਪਾਂ ਕੈਲਕੂਲੇਟ ਕਰ ਸਕਦੇ ਜੋ ਆਪਣੀ ਸੇਵਿੰਗ ਆ ਇਸ ਤੋਂ ਬਾਅਦ ਜੀ ਆਪਣਾ ਹੈਗਾ ਰਿਲੇਸ਼ਨਸ਼ਿਪ ਬਿਟਵੀਨ ਪ੍ਰੋਪੈਂਸਿਟੀ ਟੂ ਕੰਜ਼ੂਮ ਐਂਡ ਪ੍ਰੋਪੈਂਸਿਟੀ ਟੂ ਸੇਵ ਪ੍ਰੋਪੈਂਸਿਟੀ ਟੂ ਸੇਵ ਕੰਜ਼ੂਮ ਕੀ ਹੈ ਜੀ ਆਪਣਾ ਇਹ ਰੇਸ਼ੋ ਆ ਬਿਟਵੀਨ ਆਪਣਾ ਸੀ ਐਂਡ ਵਾਈ ਇਹਦੇ ਦੋ ਐਸਪੈਕਟ ਨੇ ਜੀ ਇੱਕ ਤਾਂ ਆਪਣੇ ਕੋਲੇ ਆ ਗਿਆ ਏ ਪੀ ਸੀ ਇੱਕ ਹੁੰਦਾ ਆਪਣੇ ਕੋਲੇ ਐਮ ਪੀ ਸੀ ਜਿਹੜਾ ਆਪਣਾ ਏ ਪੀ ਸੀ ਨੂੰ ਆਪਾਂ ਕੀ ਦੇਖਦੇ ਆ ਸੀ ਵਟਾ ਵਾਈ ਜਿਹੜਾ ਆਪਣਾ ਐਮ ਪੀ ਸੀ ਨੂੰ ਦੇਖਦੇ ਆਪਾਂ ਚੇਂਜ ਇਨ ਕੰਜ਼ੰਪਸ਼ਨ ਅਪੋਨ ਚੇਂਜ ਇਨ ਵਾਈ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਆਏਗਾ ਜੀ ਪ੍ਰੋਪੈਂਸਿਟੀ ਟੂ ਸੇਵ ਇਹ ਆਪਾਂ ਨੂੰ ਦੱਸਦਾ ਵਾ ਰੇਸ਼ੋ ਜਿਹੜੀ ਆਪਣੀ ਬਿਟਵੀਨ ਸੇਵਿੰਗ ਐਂਡ ਵਾਈ ਇਹਦੇ ਵੀ ਦੋ ਐਸਪੈਕਟ ਨੇ ਜੀ ਆਪਣੇ ਕੋਲੇ ਇੱਕ ਆ ਗਿਆ ਆਪਣੇ ਕੋਲੇ ਏ ਪੀ ਐਸ ਹੈਗਾ ਇੱਕ ਆਪਣੇ ਕੋਲੇ ਜਿਹੜਾ ਐਮ ਪੀ ਐਸ ਏ ਪੀ ਐਸ ਦਾ ਜਿਹੜਾ ਫਾਰਮੂਲਾ ਹੁੰਦਾ ਜੀ ਸੇਵਿੰਗ ਆਪਣਾ ਟੋਟਲ ਇਨਕਮ ਤੇ ਜਿਹੜੀ ਆਪਣੇ ਕੋਲੇ ਐਮ ਪੀ ਐਸ ਆ ਜਿਹੜਾ ਹੁੰਦਾ ਵਾ ਜੀ ਚੇਂਜ ਇਨ ਸੇਵਿੰਗ ਅਪੋਨ ਚੇਂਜ ਇਨ ਇਨਕਮ ਹੁਣ ਕਹਿੰਦੇ ਨੇ ਜਦ ਰਿਲੇਸ਼ਨ ਕੀ ਆ ਕਹਿੰਦੇ ਵੀ ਦੇਖਣਾ ਵੀ ਜਿਹੜਾ ਆਪਣਾ ਏ ਪੀ ਸੀ ਆ ਤੇ ਪਲੱਸ ਜਿਹੜਾ ਆਪਣਾ ਏ ਪੀ ਐਸ ਆ ਕਹਿੰਦੇ 1 ਦੇ ਬਰਾਬਰ ਹੁੰਦਾ ਜੀ ਪ੍ਰੂਫ ਕਰਨਾ ਆਪਾਂ ਨੇ ਹੁਣ ਆਪਣਾ ਆਪਣਾ ਏ ਪੀ ਸੀ ਆ ਇਹਨੂੰ ਜਦੋਂ ਆਪਾਂ ਕੈਲਕੂਲੇਟ ਕਰਾਂਗੇ ਤਾਂ ਜਿਹੜਾ ਆਪਣਾ ਏ ਪੀ ਸੀ ਆ ਕਿਹਦੇ ਬਰਾਬਰ ਹੋਊਗਾ ਸੀ ਬਟਾ ਵਾਈ ਤੇ ਜਿਹੜਾ ਆਪਣਾ ਏ ਪੀ ਐਸ ਆ ਇਹਦਾ ਫਾਰਮੂਲਾ ਕੀ ਹੁੰਦਾ ਜੀ ਸੇਵਿੰਗ ਅਪੋਨ ਵਾਈ ਠੀਕ ਹੈ ਜੀ ਹੁਣ ਦੋਨਾਂ ਦੇ ਵਿੱਚੋਂ ਆਪਣੇ ਕੋਲ ਵਾਈ ਸੇਮ ਹੈ ਡੋਮੀਨੇਟਰ ਸੇਮ ਆ ਜਾਊਗਾ ਜੀ ਤੇ C ਪਲੱਸ S ਇਹਦੇ ਕੰਪੋਨੈਂਟ ਹੁੰਦੇ ਨੇ ਆਪਣੇ ਇਨਕਮ ਦੇ Y ਦੇ ਤਾਂ ਇੱਥੇ ਆਪਣੇ ਕੋਲ ਆ ਜਾਊਗਾ ਜੀ Y ਤਾਂ ਹੁਣ ਇਹਨੂੰ ਕੱਟਾਂਗੇ ਤਾਂ ਆਪਣੇ ਕੋਲੇ ਕੀ ਆਊਗਾ ਜੀ 1 ਆ ਜਾਊਗਾ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਕਨਸੈਪਟ ਆ ਕਿ ਜਿਹੜਾ ਆਪਣਾ MPC ਆ ਪਲੱਸ ਜਿਹੜਾ ਆਪਣਾ MPS ਆ ਕਿਹਦੇ 1 ਦੇ ਬਰਾਬਰ ਹੁੰਦਾ ਜੀ ਜਿਵੇਂ ਜਿਹੜਾ ਆਪਣਾ MPC ਦਾ ਫਾਰਮੂਲਾ ਹੁੰਦਾ ਚੇਂਜ ਇਨ ਕੰਜ਼ੰਪਸ਼ਨ ਅਪੋਨ ਚੇਂਜ ਇਨ ਇਨਕਮ ਜਿਹੜਾ ਆਪਣਾ MPS ਦਾ ਹੁੰਦਾ ਜੀ ਚੇਂਜ ਇਨ ਸੇਵਿੰਗ ਅਪੋਨ ਚੇਂਜ ਇਨ ਵਾਈ ਨੂੰ ਵੀ ਕਹਿੰਦੇ ਹਾਂ ਆਪਾਂ 1 ਦੇ ਬਰਾਬਰ ਕਹਿੰਦੇ ਮੰਨਣਾ ਵੀ ਹੈਗਾ ਆਪਣੇ ਕੋਲ ਨਹੀਂ ਤਾਂ ਹੁਣ ਦੇਖੋ ਆ ਆਪਣਾ ਨੀਚੇ ਸੇਮ ਆ ਜਾਣਾ ਇੱਧਰ ਚੇਂਜ ਇਨ ਵਾਈ ਤੇ ਆਪਣਾ CS ਦੇਖੀ ਨਹੀਂ ਜਿਹਦੇ ਕੰਨ ਉਹ ਕੰਪੋਨੈਂਟ ਹੁੰਦੇ ਨੇ ਆਪਣੇ ਵਾਈ ਦੇ ਨੇ ਚੇਂਜ ਇਨ ਕੰਜ਼ੰਪਸ਼ਨ ਚੇਂਜ ਇਨ ਸੇਵਿੰਗ ਤਾਂ ਆਪਣਾ ਕੀ ਆ ਜਾਊਗਾ ਚੇਂਜ ਇਨ ਵਾਈ ਇਹਨੂੰ ਘੱਟ ਕਰਾਂਗੇ ਤਾਂ ਕੀ ਆ ਜਾਊਗਾ 1 ਤਾਂ ਵੀਰੇ ਆਪਣਾ APC ਆ ਪਲੱਸ APS ਆ 1 ਦੇ ਬਰਾਬਰ ਹੈਗਾ ਜਿਹੜਾ ਆਪਣਾ MPC ਆ ਪਲੱਸ MPS ਇਹ ਵੀ ਆਪਣਾ 1 ਦੇ ਬਰਾਬਰ ਹੈਗਾ ਜੀ ਤਾਂ ਜੇ ਕਨਸੈਪਟ ਕਰੇ ਨੇ ਆਪਾਂ ਨੇ ਵੀ ਆਪਣਾ ਜਿਹੜਾ ਸੇਲਿੰਗ ਫੰਕਸ਼ਨ ਕੀ ਹੁੰਦਾ ਜੀ ਤੇ ਆਪਣਾ ਜਿਹੜਾ ਉਸ ਤੋਂ ਬਾਅਦ ਅਲਜੈਬਰਿਕ ਪ੍ਰੈਜੈਂਟੇਸ਼ਨ ਪੜ੍ਹੀ ਆਪਾਂ ਨੇ ਇਹਨਾਂ ਦੇ ਬਿਟਵੀਨ ਰਿਲੇਸ਼ਨਸ਼ਿਪ ਵੀ ਕੀਤਾ ਆਪਾਂ ਨੇ ਪ੍ਰੋਪੈਂਸਿਟੀ ਟੂ ਕੰਜ਼ੂਮ ਐਂਡ ਪ੍ਰੋਪੈਂਸਿਟੀ ਟੂ ਜਿਹੜਾ ਆਪਣਾ ਸੇਵ ਹੈ ਉਮੀਦ ਕਰਦੇ ਹਾਂ ਜਿਹੜੇ ਸਾਰੇ ਕਨਸੈਪਟ ਨੇ ਹੁਣ ਕਲੀਅਰ ਹੋ ਗਏ ਹੋਣਗੇ ਤਾਂ ਜਿਹੜਾ ਆਪਣਾ ਚੈਨਲ ਨੂੰ ਲਾਈਕ ਸ਼ੇਅਰ ਤੇ ਆਪਣਾ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਥੈਂਕ ਯੂ